केंद्र सरकार वालों महात्मा गांधी राष्ट्रीय ग्रामीण रुजगार गारंटी योजना तहत गरीबों को 100 दिन का रुजगार देने का दावा किया जाता है, पर यह रुजगार लोड़वंद लोगों तक किन्ना को सही पहुँच रहा है। इस दी ताज़ा मिसाल जिला कपूरथला के पिंड पंडाल बेट तो उस वेले सामने आई है, जदों पंडाल बेट वासी सैकड़े मनरेगा मजदूरों ने एक वड्डा इकट्ठ करके ग्राम पंचायत नूं एक मंग पत्र सौंपिया। पंजाब सरकार विभाग के डायरैक्टर अते होर आला अधिकारियों के नाम लिखे एक मंग पत्र नूं सैकड़े मनरेगा मजदूरों वालों अपने दस्तखत हेठ जारी किया गया। सरकार नूं भेजे पत्र विच मंग करदिया मनरेगा मजदूरों ने लिखा गया है कि उन्हां नूं नियमां तहत रुजगार नहीं दिता जा रहा, जिसका कारण विभाग के दो सुपरवाइजर हैं। उन्हां स्पष्ट किया कि इन्हां सुपरवाइजर वालों कानून नूं छिक्के टंग के मनमर्जी का वतीरा अपनाया जाता है, जिस तहत कुछ नूं घरे वेला बैठा दिता जाता है तो कुछ नूं वधेरे दिन का रुजगार दे दिता जाता है। उन्हां मंग की कि पंडाल बेट वासी इन्हां दोवें सुपरवाइजरां नूं तुरंत बदल के किसी ईमानदार व्यक्ति नूं लगा दिता जाए। इस संबंधी जानकारी दिंदिया ग्राम पंचायत ने दस्या कि उन्हां नूं अज मनरेगा मजदूरां दा वफ्द मिलिया है, जिन्हां दी समस्या संबंधी मता पास कर दिता गया है। जदों ब्लाक डिवेलपमेंट अफसर ढिलवा नाल इस संबंधी गल की गई तो उन्हां दा कहना सी कि इस समस्या का जल्द निपटारा कर दिता जाएगा। हुण देखना यह होवेगा कि गरीबां दा रुजगार खो के उन्हां दी रोजी रोटी नूं लत मारन वाले दोषियों के विभाग कदों कार्रवाई करता है। KTV पंजाब लई कपूरथला तो जोगिंदर सिंह जातिके जी की विशेष रिपोर्ट। ਹੋਰ ਭਾਜੀ ਨਰੇਗਾ ਦਾ ਕੰਮ ਸਾਡਾ ਬੰਦ ਹੋਇਆ, ਮਹੀਨਾ ਹੋ ਗਿਆ। ਤੁਸੀਂ ਸਾਡਾ ਨਰੇਗਾ ਦਾ ਕੰਮ ਚਲਾਓ ਕਿਉਂਕਿ ਸਾਡੇ ਪਿੰਡ 'ਚ ਹੋਰ ਕੰਮ ਕੋਈ ਹੈ ਨਹੀਂ। ਦੋ ਮੇਟਾਂ ਵਾ, ਇੱਕ ਗੁਰਮੀਤ ਕੌਰ ਇੱਕ ਪਰਮਜੀਤ ਕੌਰ, ਇਹ ਦੋਨੇ ਹੀ ਹਟਣੀਆਂ ਚਾਹੀਦੀਆਂ। ਬਾਕੀ ਤੀਜਾ ਬੰਦਾ ਕੰਮ ਚਲਾਓ, ਜਿਹੜਾ ਮਰਜ਼ੀ ਚਲਾਓ। ਕੀ ਕਾਰਨ ਕੀ ਆ? ਕਾਰਨ ਕਿ ਜਲਦਬਾਜ਼ੀ ਬਹੁਤ ਚੱਲਦੀ। ਤੁਸੀਂ ਆਪਣੀ ਜਿਹੜੀ ਸਮੱਸਿਆ ਕਦੀ ਮੇਰ ਨੂੰ ਦੱਸੀ ਹੋਵੇ ਜਾਂ ਪੰਚਾਇਤ ਨੂੰ ਦੱਸੀ ਹੋਵੇ ਜਾਂ ਸਰਕਾਰੀ ਦਰਬਾਰੇ ਕੀਤੀ ਹੋਵੇ ਕੋਈ? ਨਹੀਂ ਜੀ, ਅਸੀਂ ਨਹੀਂ ਕਦੀ ਸਰਕਾਰੀ ਦਰਬਾਰੇ ਕਦੀ ਨਹੀਂ ਗਏ। ਹੁਣ ਕੀ ਮੰਗ ਕਰਦੇ ਹਾਂ? ਹੁਣ ਅਸੀਂ ਇਹੀ ਮੰਗ ਕਰਦੇ ਵੀ ਸਾਡਾ ਕੰਮ ਚੱਲਣਾ ਚਾਹੀਦਾ। ਹਾਂਜੀ, ਕੀ ਨਾਮ ਸਰ ਤੁਹਾਡਾ? ਪਰਮਜੀਤ ਸਿੰਘ ਜੀ। ਪਰਮਜੀਤ ਸਿੰਘ ਜੀ, ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਆ, ਕੀ ਕਾਰਨ ਹੈ? ਕਾਰਨ ਮੇਰਾ ਜੀ ਉਹ ਦਿਹਾੜੀ ਜਿੱਦਾਂ ਵੀ ਜੀ ਇੱਕੋ ਲੱਗੀ ਮੇਰੇ ਨਾਲ ਕਰਦੀ ਜੀ। ਮੇਰ ਦਾ ਨਾਂ ਕੀ ਆ? ਪਰਮਜੀਤ ਕੌਰ। ਕੀ ਕਾਰਨ ਕੀ ਆ, ਮਤਲਬ ਤੁਹਾਡੇ ਕਿੰਨੇ ਪਰਿਵਾਰ ਦੇ ਮੈਂਬਰਾਂ ਦੇ ਜਿਹੜੇ ਜੋਬ ਕਾਰਡ ਬਣੇ ਆ? ਦੋਵਾਂ ਦੇ ਜੀ। ਤੇ ਤੁਹਾਡੀਆਂ ਕਿੰਨੀਆਂ ਦਿਹਾੜੀਆਂ ਲੱਗੀਆਂ? ਮੇਰੀ ਨਹੀਂ ਕੋਈ ਲੱਗੀ ਜੀ। ਜੋਬ ਕਾਰਡ ਬਣਿਆ ਤੁਹਾਡਾ? ਹਾਂਜੀ। 100 ਦਿਨ ਦਾ ਸਰਕਾਰ ਰੁਜ਼ਗਾਰ ਦਿੰਦੀ ਆ, ਕਿੰਨੀਆਂ ਦਿਹਾੜੀਆਂ ਤੁਹਾਡੀਆਂ ਲੱਗੀਆਂ? ਮੇਰੀ ਇੱਕ ਵੀ ਲੱਗੀ ਜੀ, ਮਤਲਬ ਕੋਈ ਵੀ ਨਹੀਂ ਲੱਗੀ। ਹਾਂਜੀ ਹਾਂਜੀ। ਤੇ ਹੋਰ ਪਰਿਵਾਰ ਦਾ ਕਿਹਦੇ ਮੈਂਬਰ ਦਾ ਜੋਬ ਕਾਰਡ ਬਣਿਆ? ਮਨਜੂ ਜੀ, ਮੈਂ ਕਰਦੀ ਦਿੰਦਾ। ਕਿੰਨੀਆਂ ਦਿਹਾੜੀਆਂ ਲੱਗੀਆਂ? ਇੱਕ ਜੀ। ਫਿਰ ਤੁਸੀਂ ਕਿਸੇ ਨੂੰ ਆਪਣੀ ਸਮੱਸਿਆ ਨਹੀਂ ਦੱਸੀ? ਨਹੀਂ ਦੱਸੀ ਨਹੀਂ ਜੀ। ਕੀ ਕਾਰਨ? ਕਾਰਨ ਤਾਂ ਦੱਸਿਆ ਨਹੀਂ ਗਾ, ਚਲ ਫਿਰ ਲੈ ਜੂਗੀ ਨੰਬਰ ਪਾ ਦੂ ਫਿਰ ਬਾਅਦ ਚ। ਜਿਹੜੀ ਤੁਹਾਡੀ ਮੇਡ ਆ ਉਹਨੂੰ ਤੁਸੀਂ ਕਦੀ ਇਹ ਡਿਮਾਂਡ ਨਹੀਂ ਕੀਤੀ? ਕੀਤੀ। ਹਾਂਜੀ। ਕੀ ਕਹਿੰਦੀ ਉਹ? ਕਈ ਕਹਿੰਦੀ ਮੈਂ ਆਪਦੇ ਵਾਸਤੇ ਵੀ ਗਿਆ ਜੀ, ਨਹੀਂ ਨੰਬਰ ਪਾਇਆ ਮੈਂ। ਤੁਹਾਨੂੰ ਜਿਹੜਾ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ? ਹਾਂਜੀ। ਕੀ ਮੰਗ ਕਰਦੇ ਆ? ਮੰਗ ਕੰਮ ਦੀ ਕਰਦੇ, ਕੰਮ ਮਿਲ ਜਾਵੇ ਜੀ। ਹਾਂਜੀ ਮੈਡਮ ਜੀ, ਕੀ ਨਾਮ ਤੁਹਾਡਾ? ਮਿੰਦਰ ਕੌਰ। ਉੱਚੀ ਬੋਲੋ ਤੁਹਾਡਾ। ਕੀ ਨਾਮ ਤੁਹਾਡਾ? ਮਿੰਦਰ ਕੌਰ ਜੀ। ਮਿੰਦਰ ਕੌਰ ਜੀ, ਇਸ ਮੀਟਿੰਗ ਵਿੱਚ ਤੁਸੀਂ ਸ਼ਾਮਿਲ ਹੋਏ ਆ, ਕੀ ਸਮੱਸਿਆ ਤੁਹਾਡੀ? ਹਾਂਜੀ, ਇੱਕ ਜੀ ਆੜਾ ਆਏ ਸੀ, ਸਾਨੂੰ ਮਜਬੂਰੀ ਸੀ ਕੋਈ,
ਸਾਨੂੰ ਇਸ ਕਰਕੇ ਕੰਮ ਨਹੀਂ ਦਿੱਤਾ ਮਿਲਿਆ ਨਾ ਦਿੱਤਾ ਗਿਆ ਕਿ ਅਸੀਂ ਘਰੇ ਬੈਠੇ ਹਾਂ ਨਾ ਸਾਨੂੰ ਕੋਈ ਦਿਹਾੜੀ ਰੁਪਏ ਮਿਲਦਾ ਹੈ ਆਪ ਦੀ ਮਿਹਨਤ ਕਰਕੇ ਉਹੀ ਕਰਨੇ ਡੰਗ ਦੀ ਡੰਗ ਤੁਹਾਡੇ ਨਰੇਗਾ ਦੇ ਵਿੱਚ ਜੋਬ ਕਾਰਡ ਨਹੀਂ ਬਣੇ ਜੋਬ ਕਾਰਡ ਬਣੇ ਨਹੀਂ ਦਿੱਤੇ ਨਹੀਂ ਜੋਬ ਕਾਰਡ ਬਣੇ ਉਦਾਂ ਇਹੀ ਤਾਂ ਹੈ ਆਉਂਦੇ ਜੋਬ ਕਾਰਡ ਬਣੇ ਆ ਕਿੰਨੇ ਦਿਨ ਦਾ ਰੁਜ਼ਗਾਰ ਮਿਲਦਾ ਤੁਹਾਨੂੰ ਸਾਨੂੰ 6 ਦਿਨਾਂ ਦਾ ਉਹਦਾ 100 ਦਿਨ ਦਾ ਮਿਲਦਾ ਵਾ ਨਹੀਂ ਸਰਕਾਰ ਵੱਲੋਂ 100 ਦਿਨ ਦਾ ਰੁਜ਼ਗਾਰ ਜਿਹੜਾ ਲਾਜ਼ਮੀ ਆ ਤੁਹਾਨੂੰ ਕਿੰਨੇ ਦਿਨ ਦਾ ਰੁਜ਼ਗਾਰ ਮਿਲਦਾ ਸਾਨੂੰ ਜਦੋਂ ਵੀ ਹੁਣ 10 ਦਿਨ ਲੱਗ ਗਏ ਕਈ ਅੱਜ 12 ਦਿਨ ਵੀ ਲਾ ਦਿੰਦੇ ਆ ਕਈ 6 ਦਿਨ ਦਾ ਲੱਗਦਾ ਟੋਟਲ ਕਿੰਨੇ ਦਿਨ ਲੱਗੇ ਤੁਹਾਡੇ ਟੋਟਲ ਲੱਗੇ ਹੁਣ 50 ਕ 40 ਜਾਂ 50 ਕੀ ਇਹਦੇ ਵਿੱਚ ਵਜ੍ਹਾ ਕੋਈ ਆ ਵਜ੍ਹਾ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਵਿੱਚ ਕੀ ਆ ਜਾਂ 2 ਮਿੰਟਾਂ ਦੇ ਵਿੱਚ ਕੌਣ ਕੌਣ ਆ ਮੇਡ ਇੱਕ ਪਰਮਜੀਤ ਆ ਇੱਕ ਗੁਰਮੀਤ ਕੌਰ ਉਹ ਤੁਹਾਡੇ ਨਾਲ ਪੱਖਪਾਤ ਕਰਦੇ ਆ ਉਹਨਾਂ ਸਾਡਾ ਕੋਈ ਗੱਲਬਾਤ ਨਹੀਂ ਉਹਦਾ ਕੀਤੀ ਤੇ ਸਾਨੂੰ ਇਹ ਚਾਹੀਦਾ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਤੁਹਾਡਾ ਹੱਕ ਮਾਰ ਕੌਣ ਰਿਹਾ ਹੱਕ ਦੋਵਾਂ ਮੇਟਾਂ ਹੀ ਜਿੱਦਾਂ ਰਾ ਕੇ ਉਹ ਪੰਮੀ ਨਹੀਂ ਜੇ ਕਹੀ ਆ ਸੋ ਕਹਿੰਦੀ ਨਹੀਂ ਤੁਹਾਨੂੰ ਫਿਰ ਜੇ ਇਦਾਂ ਹੋ ਜਾਣੀ ਹੈ ਤੁਸੀਂ ਜਾਪੋਂਗੇ ਧੱਕੇ ਖਾ ਕੇ ਕੀ ਮੰਗ ਕਰਦੇ ਆ ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਕੰਮ ਮਿਲਣਾ ਚਾਹੀਦਾ ਕੰਮ ਦੀ ਮੰਗ ਆ ਸਾਡੀ ਹੋਰ ਕੰਮ ਨਹੀਂ ਕੰਮ ਹੀ ਮਿਲਣਾ ਚਾਹੀਦਾ ਜਦਬਾਜ਼ੀ ਕੌਣ ਕਰਦਾ ਗੁਰਮੀਤ ਕੌਰ ਕਿਉਂ ਬਦਲਣਾ ਚਾਹੁੰਦੇ ਨੇ ਬਸ ਇਹ ਕਿ ਦੋਨਾਂ ਦੀ ਆਪਸ ਵਿੱਚ ਨਹੀਂ ਬਣਦੀ ਹੈਗੀ ਤੇ ਵਿੱਚ ਲੜਾਉਣ ਵਾਲੇ ਵੀ ਹੈਗੇ ਆ ਉਹਨਾਂ ਦੀ ਜਿਹੜੀ ਆਪਸੀ ਰਾਂਝੇ ਦਾ ਖਮਿਆਜਾ ਤੁਹਾਨੂੰ ਮਜ਼ਦੂਰਾਂ ਨੂੰ ਭੁਗਤਣਾ ਪੈਂਦਾ ਜਿਹੜੀ ਉਹਨਾਂ ਦੀ ਆਪਸੀ ਰਾਂਝੇ ਆ ਉਹਦੀ ਵਜ੍ਹਾ ਜਿਹੜੀ ਆ ਉਹ ਤੁਹਾਨੂੰ ਮਜ਼ਦੂਰਾਂ ਨੂੰ ਉਹਦਾ ਖਮਿਆਜਾ ਭੁਗਤਣਾ ਪੈਂਦਾ ਹਾਂਜੀ ਉਹ ਮਜ਼ਦੂਰਾਂ ਨੂੰ ਭੁਗਤਣਾ ਪੈਂਦਾ ਆ ਸਾਰੇ ਵੇਲੇ ਹੋ ਕੇ ਬਹਿ ਜਾਂਦੇ ਘਰਾਂ ਅੱਧੇ ਚੱਲ ਤੁਹਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਤੁਹਾਡਾ ਹਾਂਜੀ ਕਿਵੇਂ ਕਿੱਦਾਂ ਦਾ ਪੱਖਪਾਤ ਹੋ ਰਿਹਾ ਤੁਹਾਡਾ ਦੇਖੋ ਉਹਦੀ ਲੇਬਰ ਜਾਂਦੀ ਆ ਪਰਮਜੀਤ ਕੌਰ ਦੀ ਤੇ ਗੁਰਮੀਤ ਕੌਰ ਦੀ ਲੇਬਰ ਘਰ ਬੈਠੀ ਆ ਇਸ ਕਰਕੇ ਅਸੀਂ ਚਾਹੁੰਦੇ ਕਿ ਅਸੀਂ ਦੋਨੇ ਮੇਟਾ ਚੇਂਜ ਕਰ ਦੇਈਏ ਅੱਜੇ ਵੀ ਉਹਦਾ ਕੰਮ ਇਹ ਕਰਦੀ ਹੈ ਉਹਦਾ ਵੀ ਨੰਬਰ ਉਹਦਾ ਬਣਾ ਨਹੀਂ ਉਹ ਕਾਰਨ ਜਾਨਣਾ ਚਾਹੁੰਦੇ ਗੁਰਮੀਤ ਕੌਰ ਦੀ ਜਿਹੜੀ ਲੇਬਰ ਆ ਉਹ ਘਰ ਕਿਉਂ ਬੈਠੀ ਆ ਸਰ ਇਹ ਤਾਂ ਹੁਣ ਸਾਨੂੰ ਇਹ ਤਾਂ ਇਹਨਾਂ ਨੂੰ ਪਤਾ ਹੋਇਆ ਪਿਆ ਇਸ ਟਾਈਮ ਠੀਕ ਹੈ ਤੁਸੀਂ ਇਹਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਕਿ ਸਾਨੂੰ ਕੰਮ ਮਿਲਣਾ ਚਾਹੀਦਾ ਆ ਤੇ ਅਸੀਂ ਮੇਡਾ ਚੇਂਜ ਕਰਨੀ ਹਾਂਜੀ ਕੀ ਨਾਂ ਤੁਹਾਡਾ ਪਰਮਜੀਤ ਕੌਰ ਪਰਮਜੀਤ ਕੌਰ ਜੀ ਤੁਸੀਂ ਅੱਜ ਮੀਟਿੰਗ ਵਿੱਚ ਸ਼ਾਮਲ ਹੋਏ ਆ ਕੀ ਤੁਹਾਡਾ ਮੁੱਦਾ ਕੀ ਆ ਹਾਂ ਸਾਨੂੰ ਤੇ ਇਹ ਹੈ ਸਾਨੂੰ ਕੰਮ ਮਿਲਣਾ ਚਾਹੀਦਾ ਜਿਹੜਾ ਕੰਮ ਹੈ ਸਰਕਾਰ ਵੱਲੋਂ ਤੁਹਾਨੂੰ 100 ਦਿਨ ਦਾ ਰੁਜ਼ਗਾਰ ਦਿੱਤਾ ਜਾਂਦਾ ਪਰ ਤੁਹਾਡੇ ਕਿੰਨੇ ਦਿਹਾੜੀਆਂ ਦਾ ਤੁਹਾਨੂੰ ਮਿਹਨਤਾਂ ਨਾਲ ਕਿੰਨੇ ਦਿਨ ਦਾ ਮਿਲਦਾ ਬਸ ਇੰਨੇ ਦਿਨਾਂ ਦਾ ਹੀ 5 ਦਾ 6 ਦਾ 7 ਦਾ ਇੰਨੇ ਦਿਨਾਂ ਦਾ ਸਿਰਫ 5-6 ਦਿਨ ਦਾ ਮਿਲਦਾ ਹਾਂਜੀ ਹਾਂਜੀ ਤੇ ਤੁਸੀਂ ਜਿਹੜੀ ਤੁਹਾਡੀ ਮੇਡ ਆ ਉਹਨੂੰ ਇਹ ਸਮੱਸਿਆ ਦੱਸੀ ਆ ਹਾਂਜੀ ਦੱਸੀ ਆ ਕੀ ਕਹਿਣਾ ਉਹਨਾਂ ਦਾ ਉਹਨਾਂ ਨੂੰ ਇਹ ਕਿਹਾ ਵਾ ਵੀ ਮਤਲਬ ਵੀ ਸਾਡਾ ਕੰਮ ਸਾਨੂੰ ਲੈ ਕੇ ਦੇ ਲੈ ਕੇ ਹੁਣ ਗਾੜੀ ਇਹਨਾਂ ਦਾ ਪਤਾ ਨਹੀਂ ਦੋਨੇ ਜਿੰਨੇ ਕੀ ਕਰਦੀਆਂ ਮੇਟਾ ਏਦਾਂ ਕਰਦੀਆਂ ਜਿੰਨੇ ਵੀ ਆਪਣੇ ਇਥੋਂ ਹੈਗੇ ਨਰੇਗਾ ਵਰਕਰ ਉਹਨਾਂ ਨੂੰ ਬਰਾਬਰ ਦੇ ਰੁਜ਼ਗਾਰ ਦਿੱਤਾ ਜਾਂਦਾ ਕਿ ਪੱਖਪਾਤ ਕੀਤਾ ਜਾਂਦਾ ਨਹੀਂ ਨਹੀਂ ਪੱਖ ਕੋਈ ਨਹੀਂ ਕਰਦਾ ਪੱਖ ਕਿਸੇ ਨਾਲ ਸਭ ਨੂੰ ਇੱਕੋ ਸਮਝਦੇ ਹੀ ਉਹ ਏਦਾਂ ਦੀ ਕੋਈ ਗੱਲ ਨਹੀਂ ਮੇਰਾ ਬੇਟਾ ਵੀ ਜਾਂਦਾ ਇਹਦਾ ਵੀ ਬਣਿਆ ਵਾ ਜੋ ਕੱਟ ਤੇ ਇਹਨੂੰ ਵੀ ਕੰਮ ਉਹਨੇ ਦਿਨਾਂ ਦਾ ਹੀ ਮਿਲਦਾ ਪੂਰੇ ਪੂਰੇ ਦਿਨ ਹੀ ਅਸੀਂ ਲਾਉਂਦੇ ਆ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰਿਆਂ ਨੂੰ ਫਿਰ ਅੱਜ ਤੁਹਾਡੀ ਮੀਟਿੰਗ ਕਰਨ ਦੀ ਵਜ੍ਹਾ ਕੀ ਆ ਫਿਰ ਵਜ੍ਹਾ ਇਹ ਹੀ ਆ ਵੀ ਅਸੀਂ ਘਰ ਬੈਠੇ ਆ ਤੇ ਜਿਹੜੀ ਦੂਜੀ ਮੇਟ ਆ ਉਹ ਲੇਬਰ ਲੈ ਕੇ ਜਾਂਦੀ ਆ ਅਸੀਂ ਕਿੱਥੇ ਜਾਈਏ ਦੱਸੋ ਪਹਿਲਾਂ ਮੈਨੂੰ ਅਸੀਂ ਕਿੱਥੇ ਜਾਈਏ ਅਸੀਂ ਵੀ ਤਾਂ ਕੰਮ ਕਰਨਾ ਚਾਹੁੰਦੇ ਆ ਅਸੀਂ ਵੀ ਪਿੰਡ ਵਿੱਚੋਂ ਹੈਗੇ
ਗੱਲ ਤੇ ਇਹ ਹੈ ਵੀ ਅਸੀਂ ਵੀ ਪਿੰਡ ਵਿੱਚ ਹੀ ਆ ਕੀ ਕਾਰਨ ਕੀ ਸਮਝਦੇ ਤੁਹਾਨੂੰ ਕਿਉਂ ਨਹੀਂ ਬੁਲਾਇਆ ਜਾਂਦਾ ਉਹ ਇਹਨਾਂ ਨੂੰ ਪਤਾ ਉਹ ਮੇਟਾ ਨੂੰ ਵੀ ਕਿਉਂ ਨਹੀਂ ਬੁਲਾਇਆ ਜਾਂਦਾ ਤੁਸੀਂ ਇਹ ਵਜ੍ਹਾ ਤੋਂ ਉਹਨਾਂ ਨੇ ਕਦੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿੰਨਾ ਦੇ ਤੁਹਾਨੂੰ ਰੁਗਜਾਰ ਲਈ ਨਹੀਂ ਬੁਲਾਇਆ ਜਾਂਦਾ ਆਮ ਤੇ ਨਹੀਂ ਬੁਲਾਇਆ ਜਾਂਦਾ ਹਾਂਜੀ ਇਹਦੀ ਵਜ੍ਹਾ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਰੀ ਕੋਸ਼ਿਸ਼ ਕਰਦੇ ਆ ਉਹ ਕਹਿੰਦੇ ਜਾ ਕੇ ਤੇ ਸਰਪੰਚ ਦੇ ਘਰ ਜਾਓ ਉੱਥੇ ਉਹਨਾਂ ਨੂੰ ਜਾ ਕੇ ਕਹੋ ਤਾਂ ਮੈਨੂੰ ਵੀ ਮੈਂ ਲੈ ਜਾਊਂਗੀ ਆਹ ਗੱਲ ਕਹਿੰਦੇ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹ ਸਰਕਾਰ ਵੀ ਸਾਨੂੰ ਕੰਮ ਦੇ ਦੇਵੇ ਬਸ ਗੱਲ ਆਹ ਗੱਲ ਹੈ ਹੋਰ ਕੋਈ ਗੱਲ ਨਹੀਂ ਨਹੀਂ ਕਿਹੜੀ ਚੋਣੀ ਚੋਣ ਦੇ